ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਦਾ ਰਾਜਨੀਤਿਕ ਕੱਦ ਉਸ ਵੇਲੇ ਹੋਰ ਵੱਧ ਗਿਆ ਜਦੋਂ ਉਹਨਾਂ ਨੂੰ ਰਾਸ਼ਟਰੀ ਪੱਧਰ ਦੀ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਣਿਆ ਗਿਆ। ਇਹ ਘੋਸ਼ਣਾ ਰਾਹੁਲ ਗਾਂਧੀ ਨੇ ਦਿੱਲੀ ਵਿੱਚ ਪ੍ਰਧਾਨ ਬਣਨ ਤੋਂ ਬਾਅਦ ਬੁਲਾਏ ਗਏ ਪਹਿਲੇ ਇਜਲਾਸ ਦੌਰਾਨ ਕੀਤੀ। ਜ਼ਿਕਰਯੋਗ ਹੈ ਕਿ ਪਾੜਾ ਪੰਜਾਬ ਦੀ ਸਮੂਹ ਲੀਡਰਸ਼ਿਪ ਨਾਲ ਇਜਲਾਸ ਵਿੱਚ ਹਿੱਸਾ ਲੈਣ ਲਈ ਦਿੱਲੀ ਪਹੁੰਚੇ ਹਨ। ਬਰਿੰਦਰਮੀਤ ਸਿੰਘ ਜੀ ਪਾੜਾ ਹਲਕਾ ਗੁਰਦਾਸਪੁਰ ਦੇ ਜੋ MLA ਨੇ ਉਹਨਾਂ ਨੂੰ ਆਪਣੇ ਕਾਂਗਰਸ ਹਾਈਕਮਾਂਡ ਨੇ ਮੈਡਮ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ, ਕੈਪਟਨ ਅਮਰਿੰਦਰ ਸਿੰਘ ਜੀ, ਜਾਖੜ ਸਾਹਿਬ ਸਾਰਿਆਂ ਦੀ ਬਦੌਲਤ ਜੋ ਉਹਨਾਂ ਨੂੰ ਅੱਜ ਆਪਣੇ AICC ਦਾ ਮੈਂਬਰ ਪਾਇਆ ਆਲ ਇੰਡੀਆ 'ਚ, ਇਹ ਬੜੀ ਵੱਡੀ ਇੱਕ ਪ੍ਰਾਪਤੀ ਆ ਹਲਕਾ ਗੁਰਦਾਸਪੁਰ ਵਾਸੀਆਂ ਦੀ, ਹਲਕੇ ਵਾਲਿਆਂ ਦੀ, ਕਿਉਂਕਿ ਉਹਨਾਂ ਦੇ ਕੰਮ ਵੱਲ ਵੇਖ ਕੇ ਇਹ ਜੋ ਸਭ ਅੱਜ ਉਹਨੂੰ ਮਾਣ ਸਤਿਕਾਰ ਮਿਲਿਆ। ਵਰਕਰਾਂ ਦੇ ਵਿੱਚ ਸਰਦਾਰ ਬਰਿੰਦਰਜੀਤ ਸਿੰਘ MLA ਗੁਰਦਾਸਪੁਰ ਦੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਬਣਨ ਦੇ ਵਿੱਚ ਸਾਰਾ ਹਲਕਾ ਹੀ ਬਹੁਤ ਜ਼ਿਆਦਾ ਖੁਸ਼ ਹੈ ਕਿ ਰਿਪ੍ਰਜੈਂਟੇਸ਼ਨ ਮਿਲੀ ਆ। ਔਰ ਸਮਝੋ ਵੀ ਪਹਿਲੀ ਵਾਰੀ ਹੀ ਜਿਹੜਾ ਟਿਕਟ ਦੀ ਡਿਮਾਂਡ ਕੀਤੀ, ਪਹਿਲੀ ਵਾਰੀ ਹੀ MLA ਦੀ ਟਿਕਟ ਮਿਲ ਗਈ, ਪਹਿਲੀ ਵਾਰੀ ਹੀ ਜਿੱਤ ਕੇ ਚੰਗੇ 30,000 ਦੇ ਮਾਰਜ ਨਾਲ ਜਿੱਤ ਕੇ ਔਰ ਨਾ ਕਮਾਇਆ, ਉਸ ਤੋਂ ਬਾਅਦ ਵਧੀਆ ਕੰਮ ਕਰਨ ਦੇ ਉੱਤੇ ਆਲ ਇੰਡੀਆ ਕਾਂਗਰਸ ਕਮੇਟੀ ਨੇ ਇਹਨਾਂ ਨੂੰ ਆਪਣੇ ਨਾਲ ਵਰਕਿੰਗ ਕਮੇਟੀ ਦੇ ਵਿੱਚ, ਆਲ ਇੰਡੀਆ ਕਾਂਗਰਸ ਕਮੇਟੀ ਜਿਹੜੀ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਹੋਰ ਬਹੁਤ ਵੱਡੇ ਵੱਡੇ ਲੀਡਰਾਂ ਦੇ ਨਾਲ ਬੈਠ ਕੇ ਮੀਟਿੰਗਾਂ ਕਰਨਗੇ, ਉਹਦੇ ਵਿੱਚ ਆਪਣੇ ਹਲਕੇ ਦੀ ਡਿਮਾਂਡ ਦੱਸਣਗੇ। ਫੋਰ ਆਲ ਅਪਡੇਟਡ ਨਿਊਜ਼, ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਰਿੰਗ ਦ ਬੈਲ।